He used to teach mathematics in Fieldhouse School, and I was lucky enough to be his student. And when I was doing my matric and studying under Rupal Jasin sir, he motivated us to follow Swami Vivekananda. Please give his hand to प्यारे बच्चों और भक्ति सज्जनों, राजीव प्रोफेसर राजीव मेरे स्टूडेंट रहे हैं। एक दो स्टूडेंट्स मेरे होर भी बैठे रहे थे, तो मेरे बैठे बैठे का फायदा उठा रहे अपन। और मेरे तो एक बड़ी बड़ी गलती करवा रहे हैं, वो गलती ये है कि बिना तैयारी तो कभी भी स्टेज पे ना जाओ। ਹੁਣ ਮੈਂ ਉੱਥੇ ਨਾ ਕਿਸੇ ਨੇ ਕਿਹਾ ਕਿ ਭਾਈ ਤਿਆਰ ਕਰਕੇ ਆਇਆ ਉਸ ਵਕਤ ਦੇ ਉੱਤੇ, ਨਾ ਹੀ ਮੈਂ ਤਿਆਰੀ ਕਰਕੇ ਆਇਆ। ਪਰ ਹੁਣ ਕਿਉਂਕਿ ਮੇਰੇ ਸਟੂਡੈਂਟ ਨੇ ਕਿਹਾ, ਔਰ ਟੀਚਰ ਵਾਸਤੇ ਸਟੂਡੈਂਟ ਦੇ ਉੱਪਰ ਕੋਈ ਚੀਜ਼ ਨਹੀਂ ਹੈ, ਤੇ ਮੈਂ ਉਹਦੇ ਹੁਕਮ ਦੀ ਆਪਣੇ ਬੱਚਿਆਂ ਦੇ ਹੁਕਮ ਦੀ ਪਾਲਣਾ ਮੈਨੂੰ ਕਰਨੀ ਪੈਣੀ ਹੋਈ ਹੈ। ਜਦੋਂ ਤੱਕ ਨਹੀਂ ਆਉਂਦੇ ਹੈ ਉਦੋਂ ਤੱਕ ਕੋਈ ਜਨਾ ਜਨਾ ਮੈਂ ਸਾਂਝਾ ਕਰਦਾ। ਸਵਾਮੀ ਵਿਵੇਕਾਨੰਦ ਜੀ ਦੇ ਨਾਲ ਮੇਰਾ ਸੰਬੰਧ, ਆਪਣੀ ਬਿਜਲੀ ਗੱਲ ਹੀ ਕਰਾਂਗਾ ਮੈਂ, ਮੇਰਾ ਸੰਬੰਧ ਬਹੁਤ ਛੋਟੀ ਉਮਰ ਤੋਂ ਰਿਹਾ। ਜਦੋਂ ਬਹੁਤ ਛੋਟਾ ਜਿਹਾ ਸੀ ਮੈਂ, ਤੋਂ ਮੇਰੇ ਦਾਦਾ ਜੀ ਦੀ ਬੈਂਚ ਜੋ ਸੀ ਉਹਦੇ ਵਿੱਚ ਇੱਕ ਫੋਟੋ ਲੱਗੀ ਹੁੰਦੀ ਸੀ। ਫੋਟੋ ਮੈਨੂੰ ਬਹੁਤ ਖਿੱਚਿਆ ਕਰੇ, ਅਪੀਲ ਕਰਿਆ ਕਰੇ, ਉਹ ਸਵਾਮੀ ਵਿਵੇਕਾਨੰਦ ਜੀ ਦੀ ਫੋਟੋ ਸੀ, ਬਹੁਤ ਖੂਬਸੂਰਤ ਫੋਟੋ ਮੈਨੂੰ। ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ, ਦਾਦਾ ਜੀ ਕੌਣ ਨੇ ਜੀ, ਭਾਈ ਕੌਣ ਹੈ? ਉਹ ਕਹਿੰਦੇ ਇਹ ਬਹੁਤ ਬੜੇ ਬੰਦੇ, ਬਹੁਤ ਮਹਾਨ ਹੈ। ਮੈਨੂੰ ਉਹ ਮਹਾਨ ਦਾ ਵੀ ਪਤਾ ਲੱਗਦਾ। ਮੈਂ ਫਿਰ ਪੁੱਛਿਆ ਜੇ ਕਿੱਥੇ ਰਹਿੰਦੇ? ਮੈਨੂੰ ਬਹੁਤ ਦੂਰ ਰਹਿੰਦੇ, ਬਹੁਤ ਦੂਰ ਰਹਿੰਦੇ, ਜੇ ਬੱਚੇ ਨੂੰ ਪਾਲਣਾ ਹੋਵੇ। ਉਸ ਵੇਲੇ ਸਾਡੇ ਵਾਸਤੇ ਮਿਲਦੀ ਆ ਗਈ ਸੀ, ਤੇ ਉਦੋਂ ਮੰਨਿਆ ਵੀ ਮੰਨਿਆ ਜਾਣਾ ਤੂੰ ਗੁਰਦੁਆਰਾ ਸਾਹਿਬ ਜਾਣਾ, ਕੋਈ ਫਰਕ ਨਹੀਂ ਗੁਰੂ ਸਿੰਘ ਦਾ, ਸਾਰੇ ਇਕੱਠੇ ਰਸਤੇ ਵਿੱਚ ਚਾਲੀ ਦੇ ਜਿਹੜੇ ਮੰਦਰ ਆਉਂਦਾ ਤੁਰਦੇ ਤੁਰਦੇ ਜਾਂਦੇ, ਔਰ ਫਿਰ ਦਾਦੇ ਜੀ ਬੜੀ ਦੂਰ ਰਹਿੰਦੇ ਸਾਡੇ ਵਾਸਤੇ, ਬੱਚੇ ਵਾਸਤੇ ਦੂਰ ਹੋਈ। ਮੈਂ ਰਸਤੇ ਵਿੱਚ ਦੇਖਦਾ ਜਾਂਦਾ ਕਿ ਜਦੋਂ ਚਾਲੀ ਦੇਵੀ ਦਾ ਮੰਦਰ ਆ ਗਿਆ, ਦੇਖਣਾ ਸੀ ਉਹੀ ਭਾਈ ਜਿਹੜੇ ਬੈਠਕ ਵਾਲੇ ਭਾਈ ਜੀ ਹੈ, ਕਿਤੇ ਆਪਣੇ ਮੈਨੂੰ ਦਿਸਿਆ, ਮੈਨੂੰ ਵੀ ਦਿਸਦੇ। ਉਹ ਸਮਾਂ ਲੰਘਦਾ ਗਿਆ, ਮੈਂ ਦਸਵੀਂ ਪਾਸ ਹੋ ਗਿਆ। ਦਸਵੀਂ ਬਾਅਦ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਪਟਿਆਲਾ ਜ਼ਿਲ੍ਹਾ ਦੇ ਵਿੱਚ ਮੇਰੀ ਪਹਿਲੀ ਪੁਜੀਸ਼ਨ ਆਈ, ਉਹ ਮੈਨੂੰ ਕਿਤਾਬਾਂ ਦੇ ਰੂਪ ਦੇ ਵਿੱਚ ਇਨਾਮ ਮਿਲੇ। ਉਹ ਮੈਂ ਜਦੋਂ ਕਿਤਾਬਾਂ ਦੇਖੀਆਂ, ਤਿੰਨ ਚਾਰ ਕਿਤਾਬਾਂ ਵਿੱਚ ਕਿਤਾਬਾਂ ਵਿੱਚ ਉਹੀ ਬੈਠ ਵਾਲਾ ਸਾਡਾ ਭਾਈ, ਪਰ ਬੜੀ ਗੂੜ ਇਹਦੇ ਵਿੱਚ ਸੀ। ਮੈਨੂੰ ਬਹੁਤ ਸਮਝ ਨਾ ਆਇਆ, ਕਿਤਾਬਾਂ ਸਾਂਭ ਕੇ ਰੱਖ ਦਿੱਤੀ ਹੈ, ਟੀਚਰ ਬਣਨ ਦਾ ਬਹੁਤ ਸ਼ੌਂਕ ਸੀ।
ਬੀਐਡ ਦੇ ਵਿੱਚ ਵੀ ਨੰਬਰ ਦਿੱਤਾ ਹੈ ਮੇਰੇ ਕੋਲ ਇਸ਼ੂ। ਫਿਰ ਮੈਂ ਟੀਚਰ ਬਣ ਕੇ ਰਾਜਪੁਰੇ ਲੱਗਿਆ। ਉਸੇ ਕਿਤਾਬ ਸਵਾਮੀ ਵਿਵੇਕਾਨੰਦ ਦੇ ਬਾਰੇ ਪੰਜਾਬੀ ਵਿੱਚ ਫਿਰ ਮੈਨੂੰ ਸਮਝ ਆ ਬੜਾ ਮੇਰਾ ਇੰਟਰਸਟ ਮਹਾਂਪੁਰਖਾਂ ਵਿੱਚ ਇੰਟਰਸਟ ਵੈਸੇ ਵੀ ਸੀ, ਇਹਨਾਂ ਵਿੱਚ ਹੋਰ ਪੜ੍ਹਨਾ ਮੈਂ ਸ਼ੁਰੂ ਕੀਤਾ। ਫਿਰ ਮੈਂ ਉਸ ਤੋਂ ਰਾਜਪੁਰੇ ਤੋਂ ਬਾਅਦ ਰੈਗੂਲਰ ਤੌਰ ਤੇ ਤੁਹਾਡਾ ਇੱਕ ਸਾਲ ਪਾਰ ਕਰਕੇ ਫਿਰ ਗੰਗਾ ਸਕੂਲ ਮੋਦੀ ਕਾਲਜ ਦਾ ਸਾਡਾ ਵਿਚਕਾਰ ਸੜਕ ਹੈ ਨਾਮ ਫਿਰ ਗੰਗਾ ਸਕੂਲ ਹੈ। ਇਹ ਪੰਜਾਬ ਦਾ ਬਿਹਤਰੀਨ ਸਕੂਲ ਡਿਗਲੇ ਅਸੀਂ ਪੰਜਾਬ ਬੋਰਡ ਉੱਥੇ ਜਾ ਕੇ ਮੈਂ ਸਾਡੇ ਲਾਇਬ੍ਰੇਰੀ ਦੇ ਇੰਚਾਰਜ ਹੁੰਦੇ ਸੀ ਸਰਦਾਰ ਪਾਸੂ ਭਾਟੀਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਸਾਡੇ ਕੋਲ ਸਵਾਮੀ ਵਿਵੇਕਾਨੰਦ ਜੀ ਦੀ ਕਿਤਾਬ ਹੈ। ਉਹ ਮੈਨੂੰ ਕਹਿੰਦੇ ਬਈ ਤੁਸੀਂ ਇਸ ਤਰ੍ਹਾਂ ਕਰੋ ਵੀ ਹੈ ਉਹ ਮੈਡਮ ਹੈਗੇ ਉਹ ਮੈਡਮ ਉਹਨਾਂ ਤੋਂ ਮੁਕਤਾਬ ਮਿਲੀ ਉਹ ਮੈਡਮ ਸੀ ਮਿਸ ਵੀਰ ਕੌਰ ਅਹੁਜਾ। ਉਹ ਬਿਲਕੁਲ ਡੈਡੀਕੇਟਡ ਸੀ ਸਵਾਮੀ ਵਿਵੇਕਾਨੰਦ ਜੀ। ਤੋ ਮੈਂ ਉਹਨਾਂ ਕੋਲ ਗਿਆ 21-22 ਸਾਲ ਦੇ ਉਹ ਮੇਰੇ ਸਰ ਆਇਆ ਇਸ ਸਰਵਿਸ। ਤੋ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਡਮ ਵੀ ਮੈਨੂੰ ਸਵਾਮੀ ਵਿਵੇਕਾਨੰਦ ਜੀ ਦੀ ਕਿਤਾਬ ਚਾਹੀਦੀ ਹੈ। ਉਹ ਮੈਨੂੰ ਉਸ ਤਰ੍ਹਾਂ ਦਿਖਦਾ ਕਿ ਮੈਡਮ ਕੀ ਹਿਸਾਬ ਜਿਵੇਂ ਨੂਰ ਦੀ ਮੂਰਤ ਹੋਵੇ ਬਿਲਕੁਲ ਦਰਦਾ ਦਰਦਾ ਮਥੋਣ ਦਾ। ਜਿਹੜੇ ਬੱਚੇ ਪੜ੍ਹੇ ਆ ਉਹਨਾਂ ਨੂੰ ਪਤਾ ਹੋਏਗਾ ਬਿਲਕੁਲ ਸੰਤ ਆਪ ਹੀ ਸੰਤ ਸੀਗੇ। ਮੈਨੂੰ ਕਹਿੰਦੇ ਤੁਸੀਂ ਕੀ ਕਰਨਾ ਜੀ, ਮੈਂ ਕਿਹਾ ਮੈਂ ਪੜ੍ਹਾਂ। ਕਹਿੰਦੇ ਅੱਛਾ ਵੀ ਉਹ ਕਿਤਾਬ ਨੂੰ ਮੈਂ ਉੱਥੇ ਅਲਮਾਰੀ ਦੇ ਉੱਪਰ ਰੱਖੀ ਹੋਏਗੀ ਤੂੰ ਉੱਥੋਂ ਆ ਵੀ ਚੱਕ ਲਈ, ਇਹ ਨਹੀਂ ਕਿ ਤੂੰ ਮੇਰੇ ਤੋਂ ਆ ਕੇ ਲੈ ਜਾਈ ਕਦੋਂ ਉੱਥੋਂ ਚੱਕ ਲਏ। ਮੈਨੂੰ ਅੱਗੇ ਸਮਝ ਨਹੀਂ ਸੀ ਕੀ ਕਹਿ ਰਹੇ ਵੀ ਉੱਥੋਂ ਮੈਨੂੰ ਆਪਣੇ ਆਪ ਕਿਉਂ ਦੇ ਰਹੇ। ਚਲੋ ਖੈਰ ਮੈਂ ਗਿਆ ਅਲਮਾਰੀ ਤੋਂ ਕਿਤਾਬ ਚੱਕੀ ਛੋਟੀ ਉਸ ਕਿਤਾਬ ਦਾ ਨਾਂ ਸੀ ਸਵਾਮੀ ਵਿਵੇਕਾਨੰਦ ਦਾ ਐਂਡ ਹਿਸ ਕਾਲ ਟੂ ਦ ਨੇਸ਼ਨ। ਇਹ ਸਾਰੇ ਬੱਚੇ ਨੋਟ ਕਰਨਾ ਸਵਾਮੀ ਵਿਵੇਕਾਨੰਦ ਦਾ ਐਂਡ ਹਿਸ ਕਾਲ ਟੂ ਦ ਨੇਸ਼ਨ। ਅੱਜ ਕੱਲ੍ਹ ਜਿਹੜੇ ਬੱਚਿਆਂ ਕੋਲ ਟਾਈਮ ਨਹੀਂ ਹੈ ਕਿਸੇ ਕੋਲ ਵੀ ਨਹੀਂ ਟਾਈਮ ਹੈ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਇਹ ਕਿਤਾਬ ਜ਼ਰੂਰ ਪੜ੍ਹੇ। ਇਹ 20-22 ਸਫ਼ੇ ਜੀਵਨੀ ਹੈ ਸਵਾਮੀ ਜੀ ਦੀ ਔਰ ਉਸ ਤੋਂ ਬਾਅਦ ਸਵਾਮੀ ਜੀ ਦਾ ਜਿੰਨੇ ਵੀ ਵਰਸ ਹੋਏ ਉਹਦੇ ਵਿੱਚ ਸਿਲੈਕਟਡ ਕੋਟੇਸ਼ਨ ਉਸ ਕਿਤਾਬ ਦੇ ਵਿੱਚ। ਜਿਹੜਾ ਹੋਰ ਵੀ ਕਿਤਾਬ ਨਾ ਪੜ੍ਹ ਸਕਦਾ ਹੋਵੇ ਉਹ ਇਹ ਕਿਤਾਬ ਜ਼ਰੂਰ ਪੜ੍ਹੇ। ਫਿਰ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਮੈਂ ਸਵਾਮੀ ਵਿਵੇਕਾਨੰਦ ਜੀ ਦੇ ਰਿਹਾ ਹੁੰਦਾ ਕਿ ਮੇਰੇ ਦਾਦਾ ਜੀ ਦੀ ਬੈਠ ਦੇ ਵਿੱਚ ਕਿਤਾਬ ਪਈ ਸੀ ਢਿੱਲੀ ਜੋੜੀ ਦੇ ਬਾਅਦ ਨਾ ਹੋਰ ਢਿੱਲਾ
ਕਸੇ ਹੋਏ ਨਗਾਰੇ ਹੀ ਗੱਜਦੇ ਨੇ, ਧਰਤੀ ਗਗਨ ਸਮੁੰਦਰ ਉਹਨਾਂ ਰਾਹ ਦਿੰਦੇ ਜਿਹੜੇ ਅੱਗੇ ਹੋ ਕੇ ਰਾਹ ਵੱਜਦੇ, ਜਿਹੜੇ ਅੱਗੇ ਹੋ ਕੇ ਰਾਹ ਵੱਜਦੇ ਨੇ ਉਹਨੂੰ ਉਹ ਧਰਤੀ ਗਗਨ ਸਮੁੰਦਰ ਉਹਨਾਂ ਰਾਹ ਦਿੰਦੇ ਜਿਹੜੇ ਅੱਗੇ ਹੋ ਕੇ ਰਾਹ ਵੱਜਦੇ ਲੱਭਦੇ ਨੇ ਉਹਨਾਂ ਨੂੰ ਦਿੰਦੇ। ਤੋ ਇਹ ਵੱਧ ਗਿਆ ਸੀ ਹੁਣ ਉਸ ਗਾਲ ਦੀ ਗੱਲ ਜੋ ਮੈਂ ਤੁਹਾਨੂੰ ਦੱਸਿਆ। ਮੇਰਾ ਇੱਥੇ ਬੇਟਾ ਬੈਠਾ ਉਹ ਇਸ ਕਾਲਜ ਦੇ ਵਿੱਚ ਪੜ੍ਹੇ ਤਿੰਨ ਸਾਲ, ਜਿਸ ਵੇਲੇ ਉਹ ਦਸਵੀਂ ਜਮਾਤ ਹੋਇਆ ਮੈਨੂੰ ਜੀ ਬੜੀ ਘਟਨਾ ਤੇ ਮੇਰੇ ਕੋਲ ਆ ਕੇ ਡੈਡੀ ਇਹ ਦੇਖੋ
ਮੇਰੇ ਕਿਤਾਬਾਂ ਕੱਟੀਆਂ ਹੋਈਆਂ ਨੇ, ਮੈਨੂੰ ਕਹਿੰਦੇ ਸੀ ਕਿ ਕੀ ਇਹ ਕੂੜਾ ਕਰਕਟ ਇਕੱਠਾ ਕਰੀ ਜਾਂਦਾ, ਜਿਵੇਂ ਕਿਤਾਬਾਂ ਸੋਚਦੇ ਹੋ ਕੂੜਾ ਕਰਕਟ ਵੀ ਦੱਸਦੇ ਆ। ਤੇ ਫਿਰ ਜਦੋਂ ਮੈਂ ਪੜ੍ਹੀ ਕਹਿੰਦਾ ਡੈਡੀ ਇਹ ਤਾਂ ਮੈਂ ਸਾਂਝੀ ਕਰਨਾ ਚਾਹੁੰਦਾ ਸਭ ਨਾਲ। ਇਸ ਬੱਚੇ ਨੇ ਉਹ ਅਖਬਾਰ ਵਿੱਚ ਭੇਜੀ, ਮੈਂ ਕਿਹਾ ਤੇਰੀ ਨਿਕਲ ਚਾਪਣ ਤੂੰ ਛੋਟਾ ਜਿਹਾ। ਕਹਿੰਦਾ ਮੈਂ ਕਿਹੜਾ ਦੱਸਣਾ ਤੈਨੂੰ ਦਸਵੀਂ ਦੇ ਵਿੱਚ, ਦਸਵੀਂ ਦੇ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ। ਪਹਿਲੀ ਘਟਨਾ ਇਸ ਕੌਮੀ ਵਾਲੀ ਇਹਨੇ ਪਾਈ ਉਸ ਕਿਤਾਬ ਦੇ ਵਿੱਚ। ਇਹ ਬੱਚਾ ਇਹਦੇ ਸਾਹਮਣੇ ਜੋ ਮੁਸੀਬਤ ਆਈ ਹੈ ਕੈਂਸਰ ਦੇ ਵਿੱਚ, ਇਹ ਉਸਨੂੰ ਬਦਲੇ। ਸੋ ਅੱਜ ਹੋਰ ਤਾਂ ਹੋਰ ਪਰਸੋਂ ਹੋਰ ਹੁੰਦੇ ਹੁੰਦੇ ਗਿਆਰਵੀਂ ਤੋਂ ਲੈ ਕੇ ਐਮ ਏ ਤੱਕ ਹਰੇਕ ਕਲਾਸ ਦੇ ਵਿੱਚ ਫਸਟ ਆਇਆ, ਤਿੰਨ ਸਾਲ ਤੇ ਮੋਦੀ ਕਾਲਜ ਦੇ ਵਿੱਚ ਵੀ। ਇਸ ਨੂੰ ਸਵਾਮੀ ਵਿਵੇਕਾਨੰਦ ਯੂਥ ਅਵਾਰਡ ਵੀ ਮਿਲਿਆ ਇਸ ਬੱਚੇ ਨੂੰ 2013 ਦੇ ਵਿੱਚ, ਤੇ ਅੱਜ ਤੁਹਾਡੇ ਸਾਹਮਣੇ ਆਏਗਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ। ਤੇ ਸਵਾਮੀ ਮੈਂ ਮੈਂ ਸਿਰਫ ਤਿੰਨ ਕੋਟੇਸ਼ਨ ਦੇਣਾ ਦੀ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਸ਼ਾਰਦਾ ਮਾਂ ਔਰ ਸੁਰੇਵਤ ਸਵਾਮੀ ਵਿਵੇਕਾਨੰਦ ਜੀ ਦੇ ਕੈਪਟਨ ਫਿਰ ਬੈਠ ਜਾਂਦਾ। ਦੋ ਮਿੰਟ ਹੀ ਲੱਗਣਗੇ ਬਸ ਬਸ ਤੋਂ ਬਾਅਦ। ਪਹਿਲੇ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਵਿਵੇਕਾਨੰਦ ਜੀ ਦੇ ਗੁਰੂ, ਓਰੀਜਨਲ ਅੰਗਰੇਜ਼ੀ ਚ ਬੋਲਾਂਗੇ ਤਾਂ ਪੰਜਾਬੀ ਚ ਮੇਰਾ ਅਨੁਵਾਦ ਕੀਤਾ ਹੋਇਆ ਉਹ ਬੋਲਾਂਗੇ ਕਿ ਵੱਖ ਵੱਖ ਪਾਸੋਂ ਖਿੱਚੀਆਂ ਗਈਆਂ ਜਿੱਦਾਂ ਕੁਝ ਤਸਵੀਰਾਂ ਇੱਕੋ ਬਿਲਡਿੰਗ ਵੱਖੋ ਵੱਖਰੇ ਰੂਪਾਂ ਚ ਦਰਸਾਉਣ, ਓਦਾਂ ਹੀ ਸਭ ਧਰਮ ਦੀ ਇੱਕ ਮੂਲ ਵਿਰੋਧ ਨਾ ਕੋਈ, ਭਾਵੇਂ ਇੱਕੋ ਸੱਚ ਤੱਕ ਵੱਖ ਵੱਖ ਢੰਗਾਂ ਨਾਲ ਪਹੁੰਚਾ। ਸਾਰੇ ਧਰਮ ਕੋਈ ਵਿਰੋਧ ਨਹੀਂ ਹੈ। ਜਿਵੇਂ ਇੱਕ ਬਿਲਡਿੰਗ ਦੀਆਂ ਫੋਟੋਆਂ ਅਲੱਗ ਅਲੱਗ ਕਾਰਨਰ ਤੋਂ ਖਿੱਚੀਆਂ ਹੋਈਆਂ ਅਲੱਗ ਅਲੱਗ ਦਿਸਦੀਆਂ, ਲੇਕਿਨ ਬਿਲਡਿੰਗ ਹੋਈ ਹੁੰਦੀ ਹੈ। ਸਾਰੇ ਧਰਮ ਵੀ ਉਸ ਰੱਬ ਤੱਕ ਉਸ ਸੱਚਾਈ ਤੱਕ ਪਹੁੰਚਾਉਣ ਦੇ ਅਲੱਗ ਅਲੱਗ ਤਰੀਕੇ ਨੇ। ਇਹ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਜਿਹਦਾ ਕਿ ਹੋਇਆ ਇਹ ਸੰਦੇਸ਼ ਫਿਰ ਹੋਰ ਸ਼ਬਦਾਂ ਦੇ ਸਵਾਮੀ ਜੀ ਨੇ ਪਾਰਲੀਮੈਂਟ ਆਫ ਰਿਲੀਜਨ ਪੂਜਾ ਸ਼ਾਰਦਾ ਦੇਵੀ ਦੂਜੀ ਕੋਟੇਸ਼ਨ ਉਹਨਾਂ ਵਾਲੀ ਕੀ ਸੀ ਕਿ ਸਦਾ ਹੀ ਏਕਾ ਮਨ ਨੂੰ ਵਗਣਾ ਜਾਂਦਾ ਹੋ ਇਸ ਵਾਰ ਪਰ ਸੂਰਜ ਦੀਆਂ ਕਿਰਨਾਂ ਇਸ ਨੂੰ ਉੱਪਰ ਦੇ ਉੱਠਾ ਮਨ ਵੀ ਸਦਾ ਬੇਕਾਰਾਂ ਬੰਨੀ ਹੇਠਾਂ ਵੱਲ ਨੂੰ ਧਾਵੇ ਪਰ ਜੇ ਹੋਵੇ ਪ੍ਰਭ ਕਿਰਪਾ ਤਾਂ ਇਸਦਾ ਰੂਪ ਉਲਟਾ। ਮਨ ਦਾ ਸਾਡਾ ਜਿਵੇਂ ਪਾਣੀ ਥੱਲੇ ਚੱਲਦਾ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਇਹ ਵੀ ਮੈਂ ਪੰਜਾਬੀ ਚ ਬੋਲਾਂਗਾ ਕਿ ਇੱਕ ਵਾਰੀ ਐਸੇ ਸੰਨਿਆਸੀ ਦੇ ਮੈਂ ਦਰਸ਼ਨ ਪਾਏ ਮਾਲਕ ਜਿਸ ਪਿੱਤਲ ਦੇ ਭਾਂਡੇ ਸੋਨੇ ਜੋ ਲਿਸ਼ਕਾ ਇਸ ਕੰਮ ਵੱਲ ਸੀ ਉਸ ਨੇ ਕਿਤਨਾ ਦਿੱਤਾ ਧਿਆਨ ਜਿਤਨਾ ਨਾਲ ਸੀ ਪੂਜਦਾ ਉਹ ਆਪਣਾ ਭਗਵਾਨ ਤੁਸੀਂ ਵੀ ਜੋ ਕੁਛ ਕਰੋ ਉਸਦੀ ਐਸੀ ਹੋਵੇ ਜਾਂਚ ਇੱਕ ਦੂਜੇ ਵਿੱਚ ਕੰਮ
ਦਿਲ ਮਨ ਤੇ ਆਤਮਾ ਜਾਏ ਮਾਚ ਇਸ ਤੋਂ ਅੱਗੇ ਕਰਨੇ ਦਿੰਦਾ ਕਿ ਉੱਠੋ ਜਾਗੋ ਤੇ ਚੱਲਦੇ ਜਾਓ ਜਦ ਤੱਕ ਮੰਦਿਰ ਨੂੰ ਕਰੋ ਧੰਨਵਾਦ ਬਹੁਤ ਬਹੁਤ ਤੁਹਾਨੂੰ ਕੈਸੀ ਲੱਗੀ ਹੈ ਮੇਰੀ